ਸੁਨਹਿਰਾ ਭਵਿੱਖ ਬਣਾਉਣ ਦੇ ਲਈ ਯੁਵਕ ਜਿਹੜਾ ਕਿ ਕੈਨੇਡਾ ਗਿਆ ਸੀ ਸਰਤਾਜ ਸਿੰਘ, ਜਿਸਦੀ ਉੱਥੇ ਪਿਛਲੇ ਦਿਨੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ, ਔਰ ਇੱਕ ਐਕਸੀਡੈਂਟ, ਭਿਆਨਕ ਐਕਸੀਡੈਂਟ ਹੁੰਦਾ ਜਿਸਦੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ। ਅੱਜ ਉਹਦੀ ਜਿਹੜੀ ਮ੍ਰਿਤਕ ਦੇਹ ਹੈ ਸਰਤਾਜ ਸਿੰਘ ਦੀ ਜਿਹੜੀ ਹੈ, ਅੱਜ ਦੇ ਜਿਹੜੇ ਜੱਡੀ ਪਿੰਡ ਦਿਓ ਪਹੁੰਚੀ ਹੈ, ਜਿੱਥੇ ਅੱਜ ਉਹਦਾ ਅੰਤਿਮ ਸੰਸਕਾਰ ਇੱਥੇ ਨਮ ਅੱਖਾਂ ਦੇ ਨਾਲ ਕੀਤਾ ਗਿਆ, ਜਿੱਥੇ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ। ਉੱਥੇ ਹੀ ਪੂਰੇ ਹੀ ਗਮ ਮਾਹੌਲ ਦੇ ਵਿੱਚ ਪਿੰਡ ਵਾਸੀ ਵੀ ਇਸ ਸੰਸਕਾਰ ਦੇ ਵਿੱਚ ਸ਼ਾਮਿਲ ਹੋਏ। ਉਹਨਾਂ ਵੱਲੋਂ ਸੰਸਕਾਰ ਦੱਸਦੀ ਹੈ ਕਿ ਸਰਤਾਜ ਸਿੰਘ ਜਿਹੜਾ ਸੀ ਆਪਣੀ ਭੈਣ ਦੇ ਕੋਲੇ ਸੁਨਹਿਰਾ ਭਵਿੱਖ ਬਣਾਉਣ ਦੇ ਲਈ, ਹਾਲਾਂਕਿ 2 ਮਹੀਨੇ ਪਹਿਲਾਂ ਹੀ ਉੱਥੇ ਗਿਆ ਸੀ, ਔਰ ਉੱਥੇ ਇੱਕ ਸੜਕ ਹਾਦਸਾ ਹੁੰਦਾ ਜਦੋਂ ਆਪਣੇ ਦੋਸਤਾਂ ਨਾਲ ਗੱਡੀ ਵਿੱਚ ਜਾ ਰਿਹਾ ਸੀ ਤਾਂ ਸੜਕ ਹਾਦਸਾ ਹੁੰਦਾ ਜਿਸ ਦੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ। ਅੱਜ ਉਸਦਾ ਸੰਸਕਾਰ ਜਿਹੜਾ ਨਮ ਅੱਖਾਂ ਦੇ ਨਾਲ ਤਰਨ ਤਾਰਨ ਦੇ ਪਿੰਡ ਦਿਓ ਵਿਖੇ ਕੀਤਾ ਗਿਆ। 10 ਦਸੰਬਰ ਨੂੰ ਮੈਨੂੰ ਦਿੱਲੀ ਚੜ੍ਹਾ ਗਿਆ ਸੀ, ਕੈਨੇਡਾ ਗਿਆ ਸੀ, ਪੜ੍ਹਾਈ ਦੇ ਤਾਂ ਬੇਸ 'ਤੇ ਗਿਆ ਸੀ। 22 ਤਰੀਕ ਨੂੰ ਉਹ ਜੀ ਉੱਥੋਂ ਆਪਣੇ ਯਾਰਾਂ ਦੋਸਤਾਂ ਨਾਲ ਘੁੰਮਣ ਗਿਆ ਸੀ, ਅਤੇ ਰਸਤੇ ਵਿੱਚ ਉਹ ਰੋਡ ਐਕਸੀਡੈਂਟ ਉਹਦਾ ਹੋ ਗਿਆ ਜੀ, ਉਹਦੀ ਮੌਕੇ 'ਤੇ ਡੈਥ ਹੋ ਗਈ ਜੀ। ਅੱਜ ਪੂਰੇ 15 ਦਿਨਾਂ ਬਾਅਦ ਉਹਦੀ ਡੈੱਡ ਬੋਡੀ ਇੱਥੇ ਆਪਣੇ ਘਰ ਪਹੁੰਚੀ। ਬਾਕੀ ਦੋਸਤ ਜਿਹੜੇ, ਇੱਕ ਤਾਂ ਜਿਹੜਾ ਡਰਾਈਵ ਕਰਦਾ ਉਹ ਠੀਕ ਹੈ ਜੀ, ਦੂਜਾ ਦੋਸਤ ਜਿਹੜਾ ਅੱਗੇ ਬੈਠਾ ਸੀ ਉਹਦੀ ਸੱਟਾਂ ਲੱਗੀਆਂ, ਉਹ ਜੇ ਕੋਮਾ 'ਚ ਆ ਜੀ ਸੀਰੀਅਸ। ਮੇਰਾ ਇੱਕ ਹੀ ਬੇਟਾ ਅਤੇ ਇੱਕ ਬੇਟੀ, ਬੇਟੀ ਕੋ ਗਿਆ ਸੀ। ਹਾਂਜੀ, ਇਕੱਲਾ ਜੀ। ਹਾਂਜੀ, ਕਰਜ਼ਾ ਚੁੱਕ ਕੇ, ਜਿਹੜੀ ਕੋਈ ਆਪਣੀ ਜ਼ਮੀਨ ਹੈਗੀ ਉਹ ਵੀ ਵੇਚ ਕੇ ਸਾਰਾ ਕਰਜ਼ਾ ਚੁੱਕ ਚੁਕਾ ਕੇ ਉਹਨੂੰ ਭੇਜਿਆ ਜੀ। ਮੇਰੇ ਪ੍ਰਗਟ ਸਿੰਘ, ਚੇਅਰਮੈਨ ਪਿੰਡ ਜਵੰਦਾ ਕਲਾਂ ਤੋਂ ਜੀ। ਹਾਂਜੀ ਹਾਂਜੀ, ਇਹਦੇ ਬਾਰੇ ਪਤਾ ਜੀ, ਆਪ ਜੀ ਨੂੰ ਵੀ ਐਕਸੀਡੈਂਟ ਹੋਇਆ ਜੀ, ਬਾਹਰ ਵਿਦੇਸ਼ ਵਿੱਚ ਬੱਚੇ ਨੂੰ ਭੇਜਿਆ ਸੀ, ਆਪਦੀ ਸਿਸਟਰ ਕੋਲ ਗਿਆ ਸੀ, ਸਿਸਟਰ ਦੀ ਵੀ ਅਨਮੈਰਿਡ ਹਾਲੇ ਵਿਚਾਰੀ, ਬੇਟਾ ਵੀ ਅਨਮੈਰਿਡ ਸੀ, ਬਹੁਤ 20-21 ਸਾਲ ਦੀ ਉਮਰ ਸੀ ਹਾਲੇ ਇਹਨਾਂ ਦੀ, ਅਤੇ ਅਚਾਨਕ ਉੱਥੇ ਹਾਦਸਾ ਜਿਹੜਾ ਹੋ ਗਿਆ, ਐਕਸੀਡੈਂਟ ਹੋ ਗਿਆ, ਉਹਦੇ 'ਚ ਇਹਦੀ ਜਾਨ ਚਲ ਗਈ ਬੱਚੇ ਦੀ। ਅਤੇ ਬੱਚੇ ਦੇ ਚਾਅ ਜਿਹੜੇ ਸੀ, ਅੱਜ ਮਾਂ ਪਿਓ ਨੇ, ਭੈਣ ਨੇ ਸਿਹਰੇ ਲਾ ਕੇ, ਅਤੇ ਉਹ ਜਿਹੜੀਆਂ ਰਸਮਾਂ ਖੁਸ਼ੀ ਨਾਲ ਕਰਨੀਆਂ ਸੀ ਉਹ ਅੱਜ ਇਸ ਰੂਪ 'ਚ ਕਰਨੀਆਂ ਪਈਆਂ, ਭੈਣ ਭਰਾ ਸਾਰੇ ਸੰਬੰਧੀ ਇਕੱਠੇ ਹੋ ਕੇ। ਹਾਂ, ਸਿਸਟਰ ਵੀ ਆਏ ਆ, ਸਿਸਟਰ ਵਿਚਾਰੇ ਗੱਲ ਕਰਨ ਯੋਗ ਨਹੀਂ ਹੈਗੇ, ਮੈਂ ਇਸ ਕਰਕੇ ਮੈਂ ਆਪ ਬੋਲ ਰਿਹਾ ਹੁਣ। ਘਰ ਦੇ ਹਾਲਾਤ ਬਹੁਤ, ਵੇਖੋ ਜੀ, ਬੱਚਾ ਕਰਜ਼ਾ ਚੁੱਕ ਕੇ ਜ਼ਮੀਨ ਆਪਣੀ ਵੇਚ ਕੇ ਬੱਚੇ ਨੂੰ ਬਾਹਰ ਭੇਜਿਆ ਹੋਇਆ, ਜਿਸ ਪਰਿਵਾਰ ਨੇ, ਉਸ ਪਰਿਵਾਰ ਦੇ ਹਾਲਾਤ ਕਿੱਦਾਂ ਦੇ ਹੋ ਸਕਦੇ ਆ ਜੀ। ਸੁਨਹਿਰਾ ਭਵਿੱਖ ਬਣਾਉਣ ਦੇ ਲਈ ਯੁਵਕ ਜਿਹੜਾ ਕਿ ਕੈਨੇਡਾ ਗਿਆ ਸੀ ਸਰਤਾਜ ਸਿੰਘ, ਜਿਸਦੀ ਉੱਥੇ ਪਿਛਲੇ ਦਿਨੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ, ਔਰ ਇੱਕ ਐਕਸੀਡੈਂਟ, ਭਿਆਨਕ ਐਕਸੀਡੈਂਟ ਹੁੰਦਾ ਜਿਸਦੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ। ਅੱਜ ਉਹਦੀ ਜਿਹੜੀ ਮ੍ਰਿਤਕ ਦੇਹ ਹੈ ਸਰਤਾਜ ਸਿੰਘ ਦੀ ਜਿਹੜੀ ਹੈ, ਅੱਜ ਦੇ ਜਿਹੜੇ ਜੱਡੀ ਪਿੰਡ ਦਿਓ ਪਹੁੰਚੀ ਹੈ, ਜਿੱਥੇ ਅੱਜ ਉਹਦਾ ਅੰਤਿਮ ਸੰਸਕਾਰ ਇੱਥੇ ਨਮ ਅੱਖਾਂ ਦੇ ਨਾਲ ਕੀਤਾ ਗਿਆ, ਜਿੱਥੇ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ। ਉੱਥੇ ਹੀ ਪੂਰੇ ਹੀ ਗਮ ਮਾਹੌਲ ਦੇ ਵਿੱਚ ਪਿੰਡ ਵਾਸੀ ਵੀ ਇਸ ਸੰਸਕਾਰ ਦੇ ਵਿੱਚ ਸ਼ਾਮਿਲ ਹੋਏ। ਉਹਨਾਂ ਵੱਲੋਂ ਸੰਸਕਾਰ ਦੱਸਦੀ ਹੈ ਕਿ ਸਰਤਾਜ ਸਿੰਘ ਜਿਹੜਾ ਸੀ ਆਪਣੀ ਭੈਣ ਦੇ ਕੋਲੇ ਸੁਨਹਿਰਾ ਭਵਿੱਖ ਬਣਾਉਣ ਦੇ ਲਈ, ਹਾਲਾਂਕਿ 2 ਮਹੀਨੇ ਪਹਿਲਾਂ ਹੀ ਉੱਥੇ ਗਿਆ ਸੀ, ਔਰ ਉੱਥੇ ਇੱਕ ਸੜਕ ਹਾਦਸਾ ਹੁੰਦਾ ਜਦੋਂ ਆਪਣੇ ਦੋਸਤਾਂ ਨਾਲ ਗੱਡੀ ਵਿੱਚ ਜਾ ਰਿਹਾ ਸੀ ਤਾਂ ਸੜਕ ਹਾਦਸਾ ਹੁੰਦਾ ਜਿਸਦੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ। ਅੱਜ ਉਸਦਾ ਸੰਸਕਾਰ ਜਿਹੜਾ ਨਮ ਅੱਖਾਂ ਦੇ ਨਾਲ ਤਰਨ ਤਾਰਨ ਦੇ ਪਿੰਡ ਦਿਓ ਵਿਖੇ ਕੀਤਾ ਗਿਆ। 10 ਦਸੰਬਰ ਨੂੰ ਮੈਨੂੰ ਦਿੱਲੀ ਚੜ੍ਹਾ ਗਿਆ ਸੀ, ਕੈਨੇਡਾ ਗਿਆ ਸੀ, ਪੜ੍ਹਾਈ ਦੇ ਤਾਂ ਬੇਸ 'ਤੇ ਗਿਆ ਸੀ। 22 ਤਰੀਕ ਨੂੰ ਉਹ ਜੀ ਉੱਥੋਂ ਆਪਣੇ ਯਾਰਾਂ ਦੋਸਤਾਂ ਨਾਲ ਘੁੰਮਣ ਗਿਆ ਸੀ, ਅਤੇ ਰਸਤੇ ਵਿੱਚ ਉਹ ਰੋਡ ਐਕਸੀਡੈਂਟ ਉਹਦਾ ਹੋ ਗਿਆ ਜੀ, ਉਹਦੀ ਮੌਕੇ 'ਤੇ ਡੈਥ ਹੋ ਗਈ ਜੀ। ਅੱਜ ਪੂਰੇ 15 ਦਿਨਾਂ ਬਾਅਦ ਉਹਦੀ ਡੈੱਡ ਬੋਡੀ ਇੱਥੇ ਆਪਣੇ ਘਰ ਪਹੁੰਚੀ ਜੀ। ਬਾਕੀ ਦੋਸਤ ਜਿਹੜੇ, ਇੱਕ ਤਾਂ ਜਿਹੜਾ ਡਰਾਈਵ ਕਰਦਾ ਉਹ ਠੀਕ ਹੈ ਜੀ, ਦੂਜਾ ਦੋਸਤ ਜਿਹੜਾ ਅੱਗੇ ਬੈਠਾ ਸੀ ਉਹਦੀ ਸੱਟਾਂ ਲੱਗੀਆਂ, ਉਹ ਜੇ ਕੋਮਾ 'ਚ ਆ ਜੀ ਸੀਰੀਅਸ। ਮੇਰਾ ਇੱਕ ਹੀ ਬੇਟਾ ਅਤੇ ਇੱਕ ਬੇਟੀ, ਬੇਟੀ ਕੋ ਗਿਆ ਸੀ।
ਹਾਂਜੀ ਇਕੱਲਾ ਹੀ। ਹਾਂਜੀ ਕਰਜ਼ਾ ਚੁੱਕਿਆ, ਜਿਹੜੀ ਕੋਈ ਆਪਣੀ ਜ਼ਮੀਨ ਹੈਗੀ ਉਹ ਵੀ ਵੇਚ ਕੇ ਸਾਰਾ ਕਰਜ਼ਾ ਚੁੱਕ ਚੁੱਕਾ ਕੇ ਉਹਨੂੰ ਭੇਜਿਆ ਜੀ। ਮੇਰਾ ਪ੍ਰਗਟ ਸਿੰਘ ਚੇਅਰਮੈਨ ਪਿੰਡ ਜਵੰਦਾ ਕਲਾਂ ਤੋਂ ਜੀ। ਹਾਂਜੀ ਹਾਂਜੀ ਇਹਦੇ ਬਾਰੇ ਪਤਾ ਹੀ ਆਪ ਜੀ ਨੂੰ ਵੀ ਐਕਸੀਡੈਂਟ ਹੋਇਆ ਜੀ, ਬਾਹਰ ਵਿਦੇਸ਼ ਵਿੱਚ ਬੱਚੇ ਨੂੰ ਭੇਜਿਆ ਸੀ, ਆਪਦੇ ਸਿਸਟਰ ਕੋਲ ਗਿਆ ਸੀ, ਸਿਸਟਰ ਦੀ ਵੀ ਅਨਮੈਰਿਡ ਹਾਲੇ ਵਿਚਾਰੀ, ਬੇਟਾ ਵੀ ਅਨਮੈਰਿਡ ਸੀ, ਬਹੁਤ 20-21 ਸਾਲ ਦੀ ਉਮਰ ਸੀ ਹਾਲੇ ਇਹਨਾਂ ਦੀ, ਅਤੇ ਅਚਾਨਕ ਉੱਥੇ ਹਾਦਸਾ ਜਿਹੜਾ ਹੋ ਗਿਆ, ਐਕਸੀਡੈਂਟ ਹੋ ਗਿਆ, ਉਹਦੇ 'ਚ ਇਹਦੀ ਜਾਨ ਚਲ ਗਈ ਬੱਚੇ ਦੀ, ਅਤੇ ਬੱਚੇ ਦੇ ਚਾਅ ਜਿਹੜੇ ਸੀ ਅੱਜ ਮਾਂ ਪਿਓ ਨੇ, ਭੈਣ ਨੇ ਸਿਹਰੇ ਲਾ ਕੇ, ਅਤੇ ਉਹ ਜਿਹੜੀਆਂ ਰਸਮਾਂ ਖੁਸ਼ੀ ਨਾਲ ਕਰਨੀਆਂ ਸੀ ਉਹ ਅੱਜ ਇਸ ਰੂਪ 'ਚ ਕਰਨੀਆਂ ਪਈਆਂ, ਭੈਣ ਭਰਾ ਸਾਰੇ ਸੰਬੰਧੀ ਇਕੱਠੇ ਹੋ ਕੇ। ਹਾਂ ਸਿਸਟਰ ਵੀ ਆਏ ਆ, ਸਿਸਟਰ ਵਿਚਾਰੇ ਗੱਲ ਕਰਨ ਯੋਗ ਨਹੀਂ ਹੈਗੇ, ਮੈਂ ਇਸ ਕਰਕੇ ਮੈਂ ਆਪ ਬੋਲ ਰਿਹਾ ਹੁਣ। ਘਰ ਦੇ ਹਾਲਾਤ ਬਹੁਤ, ਇਹ ਵੇਖੋ ਜੀ ਬੱਚਾ ਕਰਜ਼ਾ ਚੁੱਕ ਕੇ ਜ਼ਮੀਨ ਆਪਣੀ ਵੇਚ ਕੇ ਬੱਚੇ ਨੂੰ ਬਾਹਰ ਭੇਜਿਆ ਹੋਵੇ ਜਿਸ ਪਰਿਵਾਰ ਨੇ, ਉਸ ਪਰਿਵਾਰ ਦੇ ਹਾਲਾਤ ਕਿੱਦਾਂ ਦੇ ਹੋ ਸਕਦੇ ਆ ਜੀ।